ਪੰਜਾਬ ਲੋਕਮਤ ਟੀਵੀ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਪੰਜਾਬ ਸਰਕਾਰ ਨੇ 1.5 ਸਾਲ ਦੇ ਸਮੇਂ ਵਿੱਚ 50000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਇਹ ਦਾਵਾ ਕੀਤਾ ਹੈ ਰਾਏਪਾਲ ਬਨਵਾਰੀ ਲਾਲ ਪ੍ਰੋਇਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਆ ਰਾਜਪਾਲ ਜੀ ਨੂੰ ਕਿ ਪੰਜਾਬ ਦਾ ਜੋ ਆਰਡੀਐਫ ਦਾ ਪੈਸਾ ਹੈ ਉਹ ਕੇਂਦਰ ਦੇ ਕੋਲ ਫਸਿਆ ਹੋਇਆ ਏ ਤੇ ਉਹ ਸਾਡੇ ਪੈਸੇ ਜਾਰੀ ਨਹੀਂ ਕਰ ਰਹੀ ਤੁਸੀਂ ਪੰਜਾਬ ਦੇ ਨਾਲ ਮਿਲ ਕੇ ਕੇਂਦਰ ਦੇ ਕੋਲ ਜਾ ਕੇ ਇਹ ਆਵਾਜ਼ ਉਠਾਓ ਕਿ ਪੰਜਾਬ ਦਾ ਜੋ ਆਰਡੀਐਫ ਆ ਸਾਰਾ ਜਾਰੀ ਕੀਤਾ ਜਾਵੇ ਤਾਂ ਇਸ ਦੇ ਜਵਾਬ ਦੇ ਵਿੱਚ ਰਾਏਪਾਲ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਆ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ 1.5 ਸਾਲ ਦੇ ਸਮੇਂ ਦੇ ਵਿੱਚ 50000 ਰੁਪਏ ਦਾ ਕਰਜ਼ਾ ਲਿਆ ਗਿਆ ਏ ਤੁਸੀਂ ਇਸ ਕਰਜ਼ੇ ਨੂੰ ਕਿੱਥੇ ਖਰਚ ਕੀਤਾ ਹੈ ਤੁਸੀਂ ਮੈਨੂੰ ਇਸ ਦੇ ਬਾਬਤ ਜਾਣਕਾਰੀ ਮਹਿਆ ਕਰਵਾਓ ਕਿ ਮੈਂ ਫਿਰ ਕੇਂਦਰ ਸਰਕਾਰ ਕੋ ਜਾ ਕੇ ਦੱਸ ਸਕਾਂ ਕਿ ਆ ਦੇਖੋ ਪੰਜਾਬ ਸਰਕਾਰ ਕਰਜ਼ਾ ਲੈ ਕੇ ਜਾਂ ਆ ਦੇਖੋ ਪੈਸੇ ਨਾਲ ਚੰਗੇ ਕੰਮ ਕਰ ਰਹੀ ਆ ਇਹਨਾਂ ਜੋ ਵੀ ਆਰਡੀਐਫ ਦਾ ਪੈਸਾ ਹੈ ਤੁਸੀਂ ਜਾਰੀ ਕਰੋ ਨਾਲੋਂ ਇਹ ਵੀ ਵਰਣਨ ਕਰਦੇ ਨੇ ਕਿ ਪੂਰਾ ਮਾਮਲਾ ਸੰਪਰੀਪ ਕੋਰਟ ਦੇ ਵਿੱਚ ਆ ਇਸ ਕਰਕੇ ਕੋਈ ਵੀ ਦਖਲ ਨਹੀਂ ਦੇਣਗੇ ਉਹ ਜੋ ਇਹ ਪੂਰੀ ਇਬਾਰਤ ਹੁੰਦੀ ਹੈ ਇਸ ਤਰ੍ਹਾਂ ਦਾ ਇਹ ਮਾਹੌਲ ਬਣਦਾ ਹੈ ਪਰ ਜਿਵੇਂ ਹੀ ਰਾਜਪਾਲ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਤਾਂ ਪੰਜਾਬ ਦੀ ਸਿਆਸਤ ਗਰਮਾ ਜਾਂਦੀ ਆ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ आम आदमी पार्टी ਦੇ ਪਰ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜਿਸ ਸਮੇਂ ਪੰਜਾਬ ਦੇ ਵਿੱਚੋਂ ਅਕਾਲੀ ਭਾਈਪਾਦੀ ਗੱਠਜੋੜ ਵਾਲੀ ਸਰਕਾਰ ਜਾਂਦੀ ਆ 2017 ਦੇ ਵਿੱਚ ਕਾਂਗਰਸ ਸਰਕਾਰ ਬਣਦੀ ਆ ਇੱਕ ਰਿਪੋਰਟ ਦੇ ਮੁਤਾਬਕ ਉਸ ਸਮੇਂ ਪੰਜਾਬ ਦੇ ਸਿਰ ਤਕਰੀਬਨ ਪੌਣੇ 2 ਲੱਖ ਜਾਂ 1.5 ਲੱਖ ਤੋਂ ਉੱਪਰ ਦਾ ਕਰਜ਼ਾ ਸੀ ਪਰ ਜਿਸ ਸਮੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਬਣ ਤੋਂ ਪਹਿਲਾਂ ਪੰਜਾਬ ਦੇ ਸਿਰ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀ ਪਰ ਹੁਣ 1.5 ਸਾਲ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਦੀ ਆ ਤਾਂ ਪੰਜਾਬ ਦੇ ਉੱਪਰ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਏ ਜੋ ਪੰਜਾਬੀ ਟਰਬਿਨ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਗਿਆ ਏ ਪਰ ਇਸ ਪੂਰੇ ਮਾਮਲੇ ਦੇ ਉੱਪਰ ਹੁਣ ਪੰਜਾਬ ਸਰਕਾਰ ਕਿਰਦੀ ਨਜ਼ਰ ਆ ਰਹੀ ਆ ਵਿਰੋਧੀਆਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਪੰਜਾਬ ਸਰਕਾਰ ਨੇ 1.5 ਸਾਲ ਦੇ ਵਿੱਚ ਹੀ 50000 ਕਰੋੜ ਰੁਪਏ ਦਾ ਕਰਜ਼ਾ ਕਿਉਂ ਲੈ ਲਿਆ ਏ ਦੱਸਦੇ ਆ ਤੁਹਾਨੂੰ ਕਿ ਵਿਰੋਧੀ ਧਿਰਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਸਵਾਲ ਇਸ ਪੂਰੇ ਮਸਲੇ ਦੇ ਉੱਪਰ ਅਠਾਈ ਜਾ ਰਹੇ ਨੇ ਇਸ ਨੂੰ ਲੈ ਕੇ ਹਰਸਿੰਦਰ ਕੌਰ ਬਾਦਲ ਨੇ ਟਵੀਟ ਕਰਦੇ ਆ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਨੇ ਪੁਸ਼ਟੀ ਕੀਤੀ ਹੈ ਕਿ ਕਿਵੇਂ ਭਗਵੰਤ ਮਾਨ ਤਿਆਰਵੰਦ ਕੇਜਰੀਵਾਲ ਨੇ ਕੋੜਾ ਰਪੇਦਾ ਕਾਰਜਾ ਲਿਆਏ ਸਿਰਫ 18 ਮਹੀਨਿਆਂ ਦੇ ਵਿੱਚ 50000000 ਰੁਪਏ ਦਾ ਕੇਜਰੀਵਾਲ ਤੇ ਮਾਨ ਦੇ ਪ੍ਰਚਾਰ ਤੇ ਖਰਚ ਕਰਨ ਤੋਂ ਇਲਾਵਾ ਪੰਜਾਬ ਦਾ ਕੋਈ ਵੀ ਵਿਕਾਸ ਨਜ਼ਰ ਨਹੀਂ ਆਉਂਦਾ 3 ਮਹੀਨਿਆਂ ਬਾਅਦ ਵੀ ਕਿਸਾਨ ਫਸਲਾਂ ਤਿਹੜਾਂ ਦੇ ਮੁਆਵਜ਼ੇ ਦੀ ਅਡੀ ਕਰ ਰਹੇ ਨੇ ਔਰਤਾਂ ਨੂੰ 18 ਮਹੀਨਿਆਂ ਤੋਂ ਅਜੇ ਵੀ 1000 ਰੁਪਇਆ ਜੋ ਪਰ ਮਹੀਨਾ ਮਿਲਣਾ ਸੀ ਉਹ ਵੀ ਨਹੀਂ ਮਿਲਿਆ ਇਸ ਪੂਰੇ ਮਸਲੇ ਦੇ ਉੱਪਰ ਭਾਰਤੀ ਜਨਤਾ ਪਾਰਟੀ ਪੰਜਾਬ ਤੋਂ ਯਾਨੀ ਕਿ ਪਾਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਹਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਆ ਇਸ ਦੇ ਬਾਬਤ ਮੇਰੇ ਕੋਲ ਪੂਰੇ ਅੰਕੜੇ ਮੌਜੂਦ ਨੇ ਕਾਫੀ ਲੰਮੇ ਸਮੇਂ ਤੋਂ ਚੁੱਪ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਆਪਣੀ ਕਮਾਈ ਦੇ ਨਾਲ ਨਹੀਂ ਚੱਲ ਰਹੀ ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਉਹਨਾਂ ਜੇਕਰ ਹਿੰਮਤ ਆ ਤਾਂ ਉਹ L1 ਲੈਣ ਵਾਲਿਆਂ ਦੇ ਨਾਮ ਜਨਤਕ ਕਰਨ ਤੇ ਇਸ ਪੂਰੇ ਮਸਲੇ ਦੇ ਉੱਪਰ ਹੁਣ ਆਮ ਆਦਮੀ ਪਾਰਟੀ ਯਾਨੀ ਕਿ ਪੰਜਾਬ ਸਰਕਾਰ ਦਾ ਕੀ ਕਹਿਣਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਹਿ ਕੇ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਨੂੰ ਲੈ ਗਿਆ ਜੋ ਕਰਜ਼ਾ ਸੀ ਉਸ ਦਾ ਵਿਆਜ ਤੇ ਮੂਲ ਨੂੰ ਮੋੜਨ ਦੇ ਵਿੱਚ ਲੱਗੀ ਹੋਈ ਆ ਇਹ ਸਾਰਾ ਕਰਜ਼ਾ ਪਿਛਲੀਆਂ ਸਰਕਾਰਾਂ ਦੀ ਹੀ ਦੇਣ ਆ ਉਹਨਾਂ ਦੀ ਸਰਕਾਰ ਕਰਜ਼ੇ ਨੂੰ ਘਟਾਉਣ ਦੇ ਵਿੱਚ ਲੱਗੀ ਹੋਈ ਆ ਤਾਂ ਇਹ ਪੂਰਾ ਮਸਲਾ ਸੀ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਗਰਮਾਈ ਹੋਈ ਆ ਭਾਵੇਂ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਾਂ ਫਿਰ ਪਾਇਤ ਬਾਹਵੀ ਉਨ੍ਹਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਤੇ ਸਵਾਲ ਪੈਦਾ ਵੀ ਹੁੰਦਾ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਜ਼ਾ ਵੀ ਇੱਕ ਅਹਿਮ ਮੁੱਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਜਾਂ ਉਹਨਾਂ ਦੇ ਸਾਰੇ ਕਰੀਬੀ ਜੋ ਸਿਆਸਦਾਨ ਨੇ ਉਹਨਾਂ ਦਾ ਦਾਵਾ ਸੀ ਕਿ ਸਾਡੀ ਸਰਕਾਰ ਬਣ ਤੋਂ ਬਾਅਦ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇਗੀ ਤੇ ਪੰਜਾਬ ਸਰਕਾਰ ਦਾ ਕਰਜ਼ਾ ਘਟੇਗਾ ਪਰ ਆਇਪਲ ਜੋ ਦਾਵਾ ਕੀਤਾ ਗਿਆ ਹੈ ਤੇ ਕੁਝ ਅਖਬਾਰੀ ਰਿਪੋਰਟਾਂ ਨੇ ਉਹ ਦਾਵਾ ਕਰ ਰਹੀਆਂ ਨੇ ਕਿ ਪੰਜਾਬ ਦੇ ਸਿਰ ਕਰਜ਼ਾ ਘਟਣ ਦੀ ਬਜਾਏ ਵਧਦਾ ਆ ਰਿਹਾ ਹੈ ਉਸ ਪੂਰੇ ਮਸਲੇ ਦੇ ਉੱਪਰ ਅੱਗੇ ਜਾ ਕੇ ਕੀ ਮਾਹੌਲ ਬਣਦਾ ਹੈ ਇਹ ਦੇਖਣਾ ਬਾਕੀ ਰਹੇਗਾ ਪਰ ਪੰਜਾਬ ਦੇ ਹਾਲਤਾਂ ਜੋ ਵਾਕਈ ਨਾਜ਼ੁਕ ਹੁੰਦੀ ਜਾ ਰਹੀ ਆ ਜੋ ਵੱਖ-ਵੱਖ ਜੋ ਮਾਹਿਰ ਨੇ ਉਹ ਦਾਅਵਾ ਕਰੇ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਬਣੇ ਰਹੋ ਪੰਜਾਬ ਲੁਕਮਤ ਟੀਵੀ ਦੇ ਨਾਲ ਧੰਨਵਾਦ